Assalamu alaikum. ਕਿਹੜਾ ਘਰ ਹੋਵੇ ਤੇਰਾ ਖਾਨਾ ਖਰਾਬ ਹੋਵੇ ਸੱਤਿਆ ਨਾਸ ਹੋਵੇ ਤੂੰ ਸਾਨੂੰ ਘਰੋਂ ਬਾਹਰ ਕੱਢਣ ਦੇ ਤੂੰ ਹੈ ਕੌਣ ਮੈਂ ਕੀ ਗੱਲ ਤੈਨੂੰ ਐਲੇ ਫਰ ਸੂਫੀ ਸਾਹਿਬ ਇਹ ਕੰਮ ਤੇਜ਼ ਹੈ पूरे 50 रुपये काम अजबान खोल दो ਪਤਾਵੇ ਰਹਾ ਕੇ ਤੈਨੂੰ ਪੈਂਚਰ ਵੱਧ ਲਾ ਕੇ ਪਾਇਆ ਸੀ ਚੁੱਪ ਕਰ
ਚੇਨ ਸੋਨੇ ਦੀ ਪਾਵਾਂਗਾ ਤਾਲੂ ਮੈਂ ਵੇ ਮੇਰਾ ਵੀ ਜਦੋਂ ਉਹਨਾਂ ਨੇ ਕੁੰਡ ਚੁੱਕਿਆ ਸੀ ਸੋਨੇ ਦੀ ਚੇਨ ਪਾਈ ਸੀ ਝੂਠ ਮਾਰਦੀ ਮੱਝ ਦਾ ਸੰਗਲ ਪਾਇਆ ਸੀ ਤਿੱਲੇ ਨਾਲ ਬੰਨਿਆ ਸੀ ਬੇੜਾ ਗਰਕ ਨਾ ਹੋਵੇ ਤੇ ਕੁੰਡ ਚੁੱਕਣਾ ਹੈਰਾ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ ਪੈਂਦੇ ਹੀ ਸਹੂਲਤਾਂ ਬਸ ਨਸ਼ਾ ਕਰ ਬੈਠੀ ਹੈ ਹੈ ਦੋ ਵੱਧ ਲਾ ਬੈਠੀ ਆਏ ਚੱਲ ਉੱਟੇ ਡਿੱਗ ਗਈ ਮਾਰ ਗਏ ਮਸਾ ਹਵਾ ਭਰਾਈ ਸੀ ਮੈਂ रंग वेखो लगता मूह ना रोटियां लाउंदा होया ले आई हुण अंदर चल मुड़ के पक्का पेंशन भी नहीं लगना मैनू ਹਵਾ ਭਰਾਈ ਹੋਇਆ
ਚਲੋ 8 ਲੱਖ ਲੋ ਵਾਲ ਵੀ ਪਾ ਦੇਣਾ ਛਡਾਉਣੀਆਂ ਨੀ ਵੇਖੀਆਂ ਮੇਰੀ ਗੱਲ ਸੁਣੋ ਜੀ ਅਸੀਂ ਰਿਸ਼ਤੇ ਵਾਸਤੇ ਆਏ ਆ ਮੇਰੀ ਮਾਸੀ ਖਰਾਬ ਹੋ ਗਈ ਮੈਨੂੰ ਹਸਪਤਾਲ ਲੈ ਕੇ ਜਾ ਰਹੇ ਚਲਾਣੇ ਪਤਾ ਨੀ ਲੱਗਾ ਕਿਤਨੇ ਬੱਚੇ ਆ ਤੁਹਾਡੇ ਚਾਰ ਬੱਚੇ ਨੇ ਤੁਸੀਂ ਤੇ ਨਾਕੇ ਤੇ ਹੁੰਦੇ ਉਹਨੂੰ ਇਹ ਨੀ ਨਾ ਪਤਾ ਮੈਂ ਤੇ ਘਰ ਹੀ ਹੁੰਦਾ ਪੁੱਤਰ ਮੈਂ 55 ਸਾਲ ਦਾ ਹੁਣ ਚੱਲੇ ਤੂੰ ਮੈਨੂੰ 6 ਮਹੀਨਿਆਂ ਦਾ ਸਮਝੀ ਆਉਣੀ ਮੇਰੇ ਬਚਪਨ ਦੇ ਸਾਥੀ ਐਡੇ ਜਵਾਨ ਮੈਂ ਨਹੀਂ ਗਿਆ ਚਾਚਾ ਜੀ ਮੇਰੇ ਦਿਲ ਕੀ ਤਾਰ ਵਿੱਚ ਬਾਰ ਬਾਰ ਪੁੱਤਰ ਮੇਰੀ ਤੇ ਉਮਰ ਹੀ ਬੜੀ ਮੈਨੂੰ ਦੱਸਣ ਦਾ ਕੀ ਫਾਇਦਾ ਜੁਬਾਨ ਸਾਹਮਣੇ ਖੰਬੇ ਤੋਂ ਟੀਆਂ ਲਾਉਣੀਆਂ ਜੇ ਮੈਂ ਕਿਹਾ ਆਂਟੀ ਕਿਉਂ ਨਹੀਂ ਆਈ ਮੈਨੂੰ ਵਿੱਚ ਦੀ ਗੱਲ ਦਾ ਪਤਾ ਲੱਗ ਲੈਂਦੇ ਮੈਨੂੰ ਟੱਕੀ ਜਾ ਤੇ ਆਪ ਪਹੁੰਚੀ ਆਪਣਾ ਇਹ ਨਾਂ ਕੀ ਹੈ ਤੁਹਾਡਾ ਮਾਈ ਨੇਮ ਇਜ਼ ਬਿਜਲੀ ਬਿਜਲੀ ਹਾਂ ਮਾਈ ਨੇਮ ਇਜ਼ ਟੈਸਟਰ ਉਹ ਤੂੰ ਇਹ ਜਿਹੜਾ ਪਿੱਛੋਂ ਕਰਕੇ ਲਾਲ ਹੁੰਦਾ ਉਹ ਕਦੀ ਹੋ ਗਿਆ ਹੋਇਆ ਇਹ ਬੁਲਬੁਲ ਦਾ ਬੱਚਾ ਨੋਟੀ ਬੁਆਏ ਸਾਨੂੰ ਮਿਲੋ ਹਮਾਇਓ ਗੁਜਰ
ਤੇ ਮੈਨੂੰ ਨਹੀਂ ਪਛਾਣਿਆ ਕੌਣ ਦੇਸ਼ੀ ਔਰਤ ਸੱਚ ਕਹਿ ਰਹੀ ਮੈਂ ਕੀ ਖੁਸਰੇ ਖੋਲ ਕੇ ਫਿੱਟ ਕਰਦੀ ਹੈ ਤੈਨੂੰ ਮੈਂ ਕਦੋਂ ਖੋਲ ਕੇ ਫਿੱਟ ਮੈਂ ਕਿਹਾ ਆਪਣਾ ਰਹਿੰਦੇ ਕਿੱਥੇ ਆ ਜਿੱਥੇ ਰਾਤ ਪੈ ਜਾਏ ਯੂਨਾਈਟਿਡ ਸਟੇਟਸ ਆਫ ਘੁਮਿਆਰਪੁਰਾ ਉੱਥੇ ਕੀ ਹੁੰਦੇ ਨੇ ਉੱਥੇ ਖੋਤੇ ਹੁੰਦੇ ਰਹਿੰਦੇ ਹਨ ਖੋਤੇ ਹੈਗੇ ਆ ਮਤਲਬ ਨਹੀਂ ਪੜੇ ਤੇ ਇਸ ਤਰ੍ਹਾਂ ਹੀ ਹੁੰਦੇ ਅੱਛਾ ਖੋਤੇ ਦੇ ਪੁੱਤਰ ਵੀ ਹੁੰਦੇ ਮਤਲਬ ਮੈਂ ਕਿਹਾ ਤੁਹਾਡੀ ਤਾਲੀਮ ਕਿੰਨੀ ਆ ਐਮ ਏ ਟਰਕਾਲੋਜੀ ਇਹ ਕੀਤੀ ਕਿੱਥੇ ਵੇ ਬਸ ਸਟਾਪ ਤੇ ਤੇ ਮੈਂ ਕਿਹਾ ਇਹ ਆਮ ਬੰਦਾ ਵੀ ਕਰ ਸਕਦਾ ਹੈ ਹਾਂਜੀ ਕਿਉਂ ਲੇਕਿਨ ਤੁਹਾਡੀ ਪਹੁੰਚ ਤਾਂ ਦੂਰ ਹੈ ਕਿਉਂ ਤੁਹਾਡਾ ਕਿਤਾਬਾਂ ਦੀ ਕੜਾਤੀ ਨਹੀਂ ਪਹੁੰਚਣਾ ਮੈਂ ਕਿਹਾ ਤੁਹਾਡਾ ਨਹੀਂ ਡੈਡੀ ਆਪ ਨੇ ਉਸ ਕੇ ਸਾਥ ਰਿਸ਼ਤਾ ਕਰਨਾ ਜਿੱਥੋਂ ਈਜ਼ੀ ਤਿਲਕ ਕੇ ਕਿਤੇ ਹੋਰ ਨਿਕਲ ਜਾਵਾਂ ਮੈਂ ਸਲਾਮ ਅਲੈਕਮ ਵਾਲੇਕੁਮ ਸਲਾਮ ਇੱਕ ਤੇ ਗਿਆ ਰੋੜੇ ਪਾਇਆ ਨੀ ਚੱਲਾ I am untouched zero meter. Is it zero meter? No! Meter piche karaya ja. Mainu lagda hai ki sirf tire tour hi badle le. Main kya? Main gal ban tanu sian rahi ha. Tusi jawab susar te nahi. Bilkul bilkul sahi bajane. Hello. Ha. Main te bande da matha vekh ke das sakne kaun kinne pani ch. Nahi ji tu onj vi das sakni hai. Aise mainu thoda bahut ਹੱਥ ਵੇਖਣ ਦਾ ਤਜਰਬਾ ਹੈ ਹੱਥ ਵਿਖਾਓ ਸੌਰੀ ਮੈਂ ਨਾ ਮਹਿਰਮ ਨੂੰ ਹੱਥ ਨਹੀਂ ਵਿਖਾਉਂਦੀ ਉਹ ਨਾ ਮਹਿਰਮ ਕਿਤੇ ਹੱਥ ਉਹ ਡੈਡੀ ਮਾਂ ਪਤਾ ਕੀ ਓਏ ਜੀ ਉਹ ਡੈਡੀ ਮਾਂ ਪਾ ਕੋਲਰ ਨਹੀਂ ਗਈ ਨਾ ਹਾਂ ਖੈਰ ਫੁੱਲਾਂ ਨਾਲ ਕੰਡੇ ਵੀ ਤੇ ਹੁੰਦੇ ਨੇ ਨਾ ਕੰਡਾ ਇੱਕ ਤਾਂ ਹੋਵੇ ਇੱਥੇ ਤੇ ਟਹਿਣੀਆਂ ਨਹੀਂ ਟਹਿਣੀਆਂ ਲੱਗੀਆਂ ਉਹ ਡੈਡੀ ਮਾਂ ਵੈਕਸ ਨਹੀਂ ਕਰਵਾਈ ਨਾ ਕੀ ਹੋ ਪਿਓਗੇ ਭਾਈ ਜਾਨ ਹੈ ਕੀ ਹੋ ਪਿਓਗੇ ਆ ਕੁਛ ਗਰਮ ਲੈ ਸਰੀਆ ਤੱਤਾ ਕਰਕੇ ਲੈ ਆਵਾਂ ਖੁੱਲ ਕੇ ਠੰਡਾ ਹੋ ਜਾ ਤੂੰ ਕੋਸਾ ਕੋਸਾ ਹੀ ਲੈ ਆ ਉਹ ਤੇ ਤੂੰ ਆਪ ਹੀ ਕੋਸਾ ਕੋਸਾ ਕਹਿ ਰਹੇ ਬਾਬਾ ਲੈ ਆ ਬਾਬਾ ਲਓ ਜੀ ਮੈਂ ਹੁਣੇ ਲੈ ਕੇ ਆਉਣਾ ਜੀ ਅੱਛਾ ਦੱਸੋ ਤੁਸੀਂ ਮੈਨੂੰ ਕਿਵੇਂ ਯਾਦ ਕੀਤਾ ਤੁਹਾਡੇ ਖਾਵਨ ਦਾ ਕਾਰੋਬਾਰ ਕੀ ਬਸ ਕਾਰੋਬਾਰ ਹੀ ਡੈਡੀ ਅੰਕਲ ਡੈਡੀ ਕੀ ਕਹਿ ਰਹੀ ਹੋ ਨਾ ਡੈਡੀ ਇਨਕੀ ਸ਼ਾਦੀ ਨਹੀਂ ਹੋਈ ਲੇਕਿਨ ਇਨਕੇ ਚਾਰ ਬੱਚੇ ਹੈ ਨਾ 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 ਚਾਰ ਬੱਚੇ ਨੇ ਤੂੰ ਸਮਝਿਆ ਹੈ ਕਿ ਸੈਂਸ ਨਹੀਂ ਮਾਸ਼ਰਤੀ ਲੂ ਨਾ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਮੈਂ ਕਿਹਾ ਤੁਹਾਨੂੰ ਜੀ ਆਂਟੀ ਜੀ ਪੈਰਾਂ ਸੰਭਾਲ ਕੇ ਬੈਠਦੇ ਆ ਓ ਮਾਈ ਗੋਡ ਸੀੜੀਆਂ ਕਰ ਕਰ ਕੇ ਮਾਤ ਹੀ ਵੱਜ ਗਈ ਮੈਂ ਕਿਹਾ ਤੁਹਾਨੂੰ ਕੱਪੜੇ ਕਿਹੜੇ ਪਸੰਦ ਨੇ ਟੰਗੇ ਅਨਾਰਕਲੀ ਗਈ ਸੀ ਨਾ ਸ਼ੋਅ ਕੇ ਸੀ ਟੰਗੇ ਵੇਖੋ ਉਹਨਾਂ ਦੀ ਗੱਲ ਕੀਤੀ ਹਾਂ ਤੇ ਤੁਹਾਨੂੰ ਰੰਗ ਕਿਹੜਾ ਪਸੰਦ ਹੈ ਉੱਡਿਆ ਉੱਡਿਆ ਰੰਗ ਨਹੀਂ ਪਤਾ ਉੱਡਿਆ ਰੰਗ ਹੁੰਦਾ ਹੈ ਜਿਵੇਂ ਤੂੰ ਤੇ ਮੈਂ ਕਮਰੇ 'ਚ ਇਕੱਲੇ ਹਾਂ ਉੱਤੋਂ ਤੇਰਾ ਪਿਓ ਆ ਗਿਆ ਸਾਡੇ ਤੇ ਰੰਗ ਉੱਡ ਗਏ ਨਾ ਓਏ ਇਸ ਗੈਮ ਦਾ ਰੰਗ ਮੈਨੂੰ ਬੜਾ ਪਸੰਦ ਹੈ ਅੱਛਾ ਜੀ ਮੈਂ ਪੁੱਛਣ ਆਇਆ ਸਾਂ ਕਿ ਚਾਹ ਦੇ ਨਾਲ ਕੀ ਦੋ ਪਠਾਨ ਲੈ ਆਵਾਂ ਮੇਰਾ ਮਤਲਬ ਇਹ ਦੋ ਪੰਜਾਬੀ ਲੈ ਆਵਾਂ ਕੀ ਖਾਓ ਪੀਓਗੇ ਬਖਤਮੀਜ਼ ਆਦਮੀ ਕੁਛ ਵੀ ਲੈ ਆ ਅੱਛਾ ਜੀ ਕੁਛ ਵੀ ਲੈ ਆ ਅੱਛਾ ਫਰੂਟ ਲੈ ਫਲ ਫਰੂਟ ਲੈ ਇਹ ਫਲ ਕਿਹੜਾ ਲੈ ਆਵਾਂ ਮੈਂ ਉਹੀ ਜਿਹਦੇ ਤੇ ਗਾਣਾ ਵੀ ਬਣਿਆ ਚੱਲੀ ਸਾਵਾਂ ਦੀ ਹਨੇਰੀ ਦੋ ਨਾਰ ਹਿਲ ਗਏ ਕਿਸੇ ਆਪਸ ਦੀ ਗੱਲ ਇਹ ਬਾਕੀ ਫਰੂਟ ਕਿਉਂ ਨਹੀਂ ਹਿਲਦਾ ਬਾ ਤੁਸੀਂ ਦੱਸੋ ਤੁਸੀਂ ਸਿਆਣੇ ਪੈਣੇ ਹੋ ਉਹਦੀ ਕੀ ਫਰੂਟ ਦੀ ਰੇੜੀ ਹੈ ਪੁੱਛੀ ਉਹ ਐਵੇਂ ਗੁੱਸਾ ਨਾ ਕਰਦਾ ਮਾਸ਼ਾ ਅੱਲਾ ਬੋਲੋ ਜ਼ਰਾ ਮੇਰੇ ਦਿਲ ਕੀ ਤਾਰ ਵਜੇ ਬਾਰ ਬਾਰ
ਓਹੀ ਮੇਰੇ ਵਾਲਾ ਹਿਸਾਬ ਇਹਨੇ ਮੈਂ ਕਿਹਾ ਤੁਹਾਡੇ ਵਾਲ ਨੇ ਜੀ ਯਾ ਸਾਲਨ ਠੰਡਾ ਹੋਇਆ ਮੇਰਾ ਹੇਅਰ ਸਟਾਈਲ ਹੈ ਮੇਕਅਪ ਕਿਥੋਂ ਕਰਾਂਦੇ ਟਾਂਗਿਆਂ ਲੈ ਦਿਓ ਜਵਾਦ ਦਾ ਸਾਲਾ ਕਿਸ ਕਿਸਮ ਦਾ ਤੁਹਾਡਾ ਮੂੰਹ ਹੈ ਉੱਠੀ ਮਾਫੀ ਵਰਗਾ ਮੂੰਹ ਤੁਹਾਡਾ ਬਦਤਮੀਜ਼ੀ ਨਹੀਂ ਕਰਨੀ ਮੈਨੂੰ ਮੈਂ ਜਵਾਬ ਦੀ ਆਂਟੀ ਮੇਰੀ ਵੋਟੀ ਬਣ ਜਾ ਅੱਲਾ ਨੇ ਤੈਨੂੰ ਹੀ ਔਲਾਦ ਦੇ ਦੇਣੀ ਆ ਮੈਂ ਕੋਈ ਚੀਜ਼ ਲੈ ਆਵਾਂ ਓਏ ਤੂੰ ਕੋਈ ਚੀਜ਼ ਲਿਆਉਣਾ ਚਾਹੁੰਦਾ ਆਪਣਾ ਪਿਓ ਮਾਰ ਕੇ ਮੈਨੂੰ ਰੱਖ ਲੈ ਏਡਾ ਪਿਓ ਚੀਜ਼ ਨਹੀਂ ਤੈਨੂੰ ਨਹੀਂ ਰੱਖਣਾ ਅਸੀਂ ਕੁੱਤਾ ਰੱਖ ਲਿਆ ਤੁਹਾਡੇ ਨਾਲ ਵਿਆਹ ਕਰਕੇ ਨਾ ਤੁਹਾਨੂੰ ਕਵਾ ਪੁੱਛਣਾ ਸਿਰਫ ਜੁੱਤੀਆਂ ਹੀ ਮਾਰੀ ਜਾਵਾਂ ਅਸੀਂ ਤੇਰੀਆਂ ਉਮੀਦਾਂ ਤਾਂ ਪੂਰੀਆਂ ਨੀ ਉਤਰੀਆਂ ਜਵਾਬ ਦੀ ਆਂਟੀ ਆਪਣੇ ਦੌਰ ਦੀ ਬੜੀ ਵੱਡੀ ਡਾਂਸਰ ਹੈਗੀ ਸੀ ਸਾਰੀ ਰਾਤ ਨੱਚੀਆਂ ਮੈਂ ਕਿਹਾ ਸ਼ੇਖ ਸਾਹਿਬ ਮੈਨੂੰ ਕੁਛ ਲਾਓ ਉਹਨਾਂ ਨੇ ਮੈਨੂੰ ਬਾਹਰ ਕੱਢ ਕੇ ਅੰਦਰੋਂ ਕੁੰਡੀ ਲਾ ਲਈ ਸਾਰੀ ਮਿਹਨਤ ਤੇ ਅੰਮੀ ਫੇਰ ਛੱਡੀ ਬੰਦੂਕ ਦੇ ਸਿਰ ਤੇ ਫੈਸਲਾ ਹੋਣਾ ਲੈ ਪੱਟ ਬਹਾਦਰ ਮੇਰਾ ਨੰਬਰ ਲਿਖ ਲੈ ਕੀ ਨੰਬਰ ਹੈ 0300 ਆਓ ਤੇਰੇ ਕੋਲ 150 ਕਹਦਾ ਵੀ ਲੈ ਲੈ ਕੀ 0333 ਘਰ ਆਈ ਛੇਤੀ ਮੈਂ ਉਹਨੂੰ ਗੋਲੀ ਵੀ ਮਾਰਾਂਗਾ ਬਾਅਦ ਚ ਗੋਲੀਆਂ ਮਾਰਾਂਗਾ